ਦੋਸਤੋ ਮੈਂ ਹਰਬਲਰਾਜ ਸਿੰਘ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਬੀਐਸ ਨਿਊਜ਼ ਪੰਜਾਬੀ ਦੋਸਤੋ ਅੱਜ ਅਸੀਂ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਹੋਰ ਪਛੜੀਆਂ ਸ਼੍ਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਸੈਨੀਟੇਸ਼ਨ ਵਰਕਰਾਂ ਤੇ ਸਥਾਨਿਕ ਕਾਰੀਗਰਾਂ ਦੀ ਹੁਨਰ ਸਖਲਾਈ ਲਈ ਮੁਫਤ ਕੋਰਸ ਦੀ ਸਹੂਲਤਾਂ ਦੀ ਜਾਣਕਾਰੀ ਲੈ ਕੇ ਆਏ ਹਾਂ ਪਰ ਅੱਗੇ ਵਧਣ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਬੇਨਤੀ ਇਹ ਹੈ ਕਿ ਇਸ ਪੋਸਟ ਨੂੰ ਸ਼ੇਅਰ ਕਰ ਦੇਣਾ ਤਾਂ ਜੋ ਇਹ ਜਾਣਕਾਰੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਸੋ ਦੋਸਤੋ ਇਸ ਯੋਜਨਾ ਦਾ ਨਾਮ ਹੈ ਪ੍ਰਧਾਨ ਮੰਤਰੀ ਦਕਸ਼ਤਾ ਤੇ ਕੁਸ਼ਲਤਾ ਸੰਪਨ ਹਿੱਤਗ੍ਰਹਿ ਯੋਜਨਾ ਤੇ ਇਸ ਯੋਜਨਾ ਤਹਿਤ ਅਨੁਸੂਚਿਤ ਜਾਤੀਆਂ ਹੋਰ ਪਛੜੀਆਂ ਸ਼੍ਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਸੈਨੀਟੇਸ਼ਨ ਵਰਕਰਾਂ ਤੇ ਸਥਾਨਿਕ ਕਾਰੀਗਰਾਂ ਨੂੰ ਮੁਫਤ ਸਖਲਾਈ ਦਿੱਤੀ ਜਾਣੀ ਹੈ ਤੇ ਇਹ ਮੁਫਤ ਸਖਲਾਈ ਪ੍ਰਾਪਤ ਕਰਨ ਦੇ ਇੱਛੁਕ ਨੌਜਵਾਨ ਵੈੱਬਸਾਈਟ www.pmdks doses.gov.in ਤੇ ਜਾਂ pm daksh mobile app ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਆ ਤੇ ਇਸ ਯੋਜਨਾ ਦਾ ਉਦੇਸ਼ ਇਹਨਾਂ ਵਰਗਾਂ ਦੇ ਲੋਕਾਂ ਨੂੰ ਹੁਨਰ ਸਿਖਲਾਈ ਦੇ ਕੇ ਉਹਨਾਂ ਨੂੰ ਆਪਣੇ ਕੰਮ ਵਿੱਚ ਹੋਰ ਮਜ਼ਬੂਤ ਕਰਨਾ ਹੈ ਜਾਂ ਹੋਰ ਸੈਕਟਰਾਂ ਵਿੱਚ ਨੌਕਰੀ ਲਈ ਯੋਗ ਬਣਾਉਣਾ ਹੈ ਦਿਹਾਤੀ ਕਾਰੀਗਰ ਜੋ ਐਸਸੀ, ਓਬੀਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ ਜਾਂ ਡੀਐਨਟੀ ਕਾਰੀਗਰ ਨੇ ਜਾਂ ਸਫਾਈ ਕਰਮਚਾਰੀ ਜਾਂ ਉਹਨਾਂ ਤੇ ਨਿਰਭਰ ਤੇ ਉਹਨਾਂ ਲਈ 35 ਤੋਂ 60 ਘੰਟਿਆਂ ਜਾਂ 5 ਤੋਂ 35 ਦਿਨਾਂ ਦਾ ਕੋਰਸ ਕਰਵਾਇਆ ਜਾਵੇਗਾ ਤੇ ਇਸ ਲਈ ਸਖਿਆਰਤੀ ਨੂੰ 2500 ਰੁਪਏ ਦਾ ਵਜੀਫਾ ਵੀ ਮਿਲੇਗਾ। ਇਸੇ ਤਰ੍ਹਾਂ ਹੀ ਇਨ੍ਹਾਂ ਇਸੇ ਤਰ੍ਹਾਂ ਇਨ੍ਹਾਂ ਹੀ ਅਨੁਸੂਚਿਤ ਜਾਤੀਆਂ ਹੋਰ ਪਛੜੀਆਂ ਸ਼੍ਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਸੈਨੀਟੇਸ਼ਨ ਵਰਕਰਾਂ ਆਦ ਕੈਟਾਗਰੀਆਂ ਦੇ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਲੋਕਾਂ ਖਾਸ ਕਰਕੇ ਔਰਤਾਂ ਨੂੰ ਛੋਟੀ ਮਿਆਦ ਦੇ ਕੋਰਸ ਵੀ ਕਰਵਾਏ ਜਾਣਗੇ ਜਿਸ ਵਿੱਚ 300 ਘੰਟੇ ਜਾਂ 3 ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ ਤੇ ਇਹ ਕੋਰਸ ਕਰਨ ਵਾਲਿਆਂ ਨੂੰ ਵਜੀਫਾ ਵੀ ਮਿਲੇਗਾ ਤੇ ਤੀਜੀ ਸ਼੍ਰੇਣੀ ਵਿੱਚ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਸਿਖਲਾਈ ਲੈ ਚੁੱਕੇ ਇਹਨਾਂ ਸ਼੍ਰੇਣੀਆਂ ਦੇ ਨੌਜਵਾਨਾਂ ਨੂੰ ਸਵੇਰ ਰੋਜ਼ਗਾਰ ਨਾਲ ਜੋੜਨ ਲਈ 90 ਘੰਟੇ ਮਤਲਬ 15 ਦਿਨਾਂ ਦਾ ਕੋਰਸ ਵੀ ਉਪਲਬਧ ਹੈ ਤੇ ਇਸ ਤਰ੍ਹਾਂ ਚੌਥੀ ਸ਼੍ਰੇਣੀ ਵਿੱਚ ਐਸਸੀ, ਓਬੀਸੀ एबीसीडीएनटी ਅਤੇ ਸੈਨੀਟੇਸ਼ਨ ਵਰਕਰ ਨੂੰ ਵਿਸ਼ੇਸ਼ ਹੁਨਰ ਸਿਖਲਾਈ ਦੇਣ ਲਈ 650 ਘੰਟਿਆਂ ਜਾਂ 7 ਮਹੀਨੇ ਦਾ ਕੋਰਸ ਕਰਵਾਇਆ ਜਾਵੇਗਾ ਚੁਣੇਗੇ ਨੌਜਵਾਨਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਤੱਕ ਦਾ ਵਜੀਫਾ ਵੀ ਮਿਲੇਗਾ ਤੇ ਇਨ੍ਹਾਂ ਕੋਰਸਾਂ ਦਾ ਲਾਭ ਲੈਣ ਲਈ ਇੱਛਕ ਨੌਜਵਾਨ ਪੀਐਮ ਦਕਸ਼ ਮੋਬਾਈਲ ਐਪ ਜਾਂ ਵੈਬ ਪੋਰਟਲ pmdaksh.dosje.gov.in ਤੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਆ ਤੇ ਹੁਣ ਤੇ ਉਹ ਆ ਗਿਆ ਪਰ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਬੇਨਤੀ ਹੈ ਕਿ ਇਸ ਪੋਸਟ ਨੂੰ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਤਾਂ ਜੋ ਤੁਹਾਨੂੰ ਲਈ ਅਸੀਂ ਜੋ ਵੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਉਂਦੇ ਆ ਉਹਨਾਂ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਧੰਨਵਾਦ